एक पासे देश जदों लेबर डे मना रहा सी तो दूजे पासे खेडन दी उम्र विच छोटी जही बच्ची अपने घर परिवार का पेट पालन लई सब्जी की रेहड़ी लगा रही सी। इस दे नाल ही उसकी पढ़ाई विच बहुत रुचि है जिस करके छेवीं क्लास तो ही सब्जी की रेहड़ी लगानी शुरू कर दिती सी। अते अज जदों ओह दसवीं क्लास विच है तो उसके सुपने भी बहुत वड्डे हन कि ओह अगे जा के अकाउंटेंट बनना चाहती है। अपने इस मेहनती जज्बे नाल ओह अज दे यूथ नू मैसेज देना चाहती है जे असी मेहनत करिए तां सब कुछ हासिल कर सकते हाँ। पेश है नरेंद्र पंडाल ते सुखा बशर दी एक खास रिपोर्ट। हाँ जी, सत श्री अकाल, नमस्ते, आदाब ते सलाम जी सारे पंजाबियों नूं। दोस्तों, पंजाब लाइव न्यूज़ जिन्हें भी दर्शक देख रहे हैं उन्होंने हर बार मेरे वालों एक सजदा सलाम होंदा। तुहानूं सारयां नूं सलाम है, आदाब है, नमस्ते आ। और गल करिए नूरमहल शहर की, तो दोस्तों पंजाब लाइव टीवी का हमेशा एक मेन मकसद रहा कि जो कोई बहुत मेहनत करके जज्बे के नाल अगे आने की कोशिश करता तो साडा चैनल उसनों जरूर थोड़े सामने लेके आता। सो अज नूरमहल शहर की गल करांगे क्योंकि नूरमहल शहर के एक ऐसी छोटी जी गुड़िया, एक छोटी जी कुड़ी, एक ऐसी मेहनती कुड़ी जिहड़ी कि अपने काम के नाल नाल अपने जज्बे नूं रखदी क्योंकि पढ़ाई तो बिना दुनिया ते किसी चीज़ की अहमियत नहीं होंदी। सो दोस्तों, अज थोड़े नाल जिन्हां दी मैं मुलाकात करवाउण जा रहा बिल्कुल छोटी जी कुड़ी है जिहड़ी कि घर दे विच्चों बहुत गरीबी आ पर उस गरीबी नूं एक साइड ते रख के मेहनत करन दे नाल नाल रोड ते बैठ के पढ़दी भी है ते नाल नाल अपना काम भी करदी है। सो दोस्तों, तुहानूं बुलाउण जा रहा उस गुड़िया दे नाल, आओ गलबात करदे हां। नाम बड़ा प्यारा जी, पूजा अग्रवाल, आओ करदे हां गलबात। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜੀ, ਕੀ ਨਾਮ ਹੈ ਆਪਣਾ ਪੂਰਾ? ਮੇਰਾ ਨਾਮ ਪੂਜਾ ਅਗਰਵਾਲ ਹੈ। ਸੋ ਦੋਸਤੋ, ਤੁਸੀਂ ਦੇਖ ਰਹੇ ਹੋ ਕਿ ਆਪਣੇ ਨਾਲ ਪੂਜਾ ਅਗਰਵਾਲ, ਇੱਕ ਛੋਟੀ ਜਿਹੀ ਗੁੜੀਆ ਆ। ਕਿਹੜੀ ਕਲਾਸ ਪੜ੍ਹਦੇ? ਮੈਂ 10th ਕਲਾਸ 'ਚ ਪੜ੍ਹਦੀ, ਇਸ ਸਾਲ ਮੈਂ 10th 'ਚ ਹੋਈ ਹਾਂ। ਇਸ ਸਾਲ ਜਿਹੜੀ ਗੁੜੀਆ 10th ਦੇ ਵਿੱਚ ਹੋਈ ਤੇ ਕਿੰਨੇ ਕੁ ਟਾਈਮ ਤੋਂ ਇੱਥੇ ਕੰਮ ਕਰਦੇ? ਅਸੀਂ ਇੱਥੇ ਕਾਫੀ ਟਾਈਮ ਤੋਂ ਕੰਮ ਕਰਦੇ, ਮੈਂ ਜਦੋਂ 6ਵੀਂ 'ਚ ਪੜ੍ਹਦੀ ਸੀ ਉਦੋਂ ਤੇ ਮੈਂ ਕੰਮ ਕਰਦੀ ਹਾਂ। ਤੇ ਕਿਹੜੇ ਸਕੂਲ 'ਚ ਤੁਸੀਂ ਪੜ੍ਹਦੇ ਹੋ? ਦੁਆਬਾ ਰੇ ਸਕੂਲ ਸੀਨੀਅਰ। ਦੁਆਬਾ ਰੇ ਸਕੂਲ ਦੇ ਵਿੱਚ ਪੜ੍ਹਦੇ ਹੋ ਤੇ ਹੁਣ ਇੱਥੇ ਕੀ ਕਰ ਰਹੇ ਹੋ ਤੁਸੀਂ? ਆ ਕੀ ਕਰ ਰਹੇ ਹੋ? ਇੱਥੇ ਮੈਂ ਨਾਲ ਨਾਲ ਪੜ੍ਹਦੀ ਹੁੰਦੀ ਹਾਂ, ਨਾਲ ਨਾਲ ਮੈਂ ਕੰਮ ਵੀ ਕਰਦੀ ਹੁੰਦੀ ਹਾਂ। ਨਾਲ ਨਾਲ ਪੜ੍ਹਦੇ ਹੁੰਦੇ ਤੇ ਨਾਲ ਨਾਲ ਕੰਮ ਕਰਦੇ ਹੁੰਦੇ ਆ, ਤੇ ਕਿੱਦਾਂ ਲੱਗਦਾ ਹੈਗਾ ਵੀ ਤੁਸੀਂ ਇੱਦਾਂ ਕੰਮ ਕਰਦੇ ਹੋ ਨਾਲ ਪੜ੍ਹਦੇ ਹੋ? ਸਟੱਡੀ ਹੋ ਜਾਂਦੀ ਵਧੀਆ ਤਰ੍ਹਾਂ? ਨਹੀਂ, ਵਧੀਆ ਤਰ੍ਹਾਂ ਤਾਂ ਨਹੀਂ ਹੁੰਦੀ, ਲੇਕਿਨ ਜਿੰਨਾ ਵੀ ਹੋ ਜਾਂਦਾ ਉਨਾ ਸਹੀ ਆ। ਮਤਲਬ ਕਿ ਜਿਹੜਾ ਸਕੂਲ ਦਾ ਕੰਮ ਆ ਉਹ ਕਰ ਹੀ ਲੈਂਦੀ ਮੈਂ, ਹੋਰ ਘਰੇ ਰਾਤ ਨੂੰ ਮੈਂ ਲਾਉਣ ਕਰ ਲੈਂਦੀ ਹਾਂ, ਸਵੇਰੇ ਵੀ 3 ਵਜੇ ਉੱਠ ਕੇ ਥੋੜ੍ਹਾ ਬਹੁਤ ਲਾਉਣ ਕਰ ਲੈਂਦੀ ਹਾਂ, ਫਿਰ ਇੱਦਾਂ ਰੇਡੀਓ ਲਾ ਕੇ ਫਿਰ ਕੰਮ 'ਤੇ ਆ ਜਾਈਦਾ। ਔਰ ਪਿੱਛੋਂ ਆਪਣੀ ਜਿਹੜੀ ਬੈਕਗ੍ਰਾਉਂਡ ਆ ਉਹ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਉਹਦਾ ਹੈ ਕਿ ਗੋਰਖਪੁਰ ਯੂਪੀ ਦੇ ਹਾਂ। ਅਸੀਂ ਯੂਪੀ ਦੇ ਹਾਂ ਤੇ ਇੱਥੇ ਆਇਆ ਨੂੰ ਕਿੰਨੇ ਕੁ ਸਾਲ ਹੋ ਗਏ ਲਗਭਗ? ਮੇਰਾ ਜਨਮ ਹੀ ਇੱਥੇ ਹੋਇਆ ਆ। ਦੱਸ ਦਈਏ ਕਿ ਪੂਜਾ ਦਾ ਜਿਹੜਾ ਜਨਮ ਆ ਇੱਥੇ ਹੋਇਆ ਨੂਰਮਹਿਲ ਸ਼ਹਿਰ ਦੇ ਵਿੱਚ, ਤੇ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਪੂਜਾ? ਮੇਰੀ ਫੈਮਿਲੀ 'ਚ ਮੰਮੀ ਪਾਪਾ ਹੈ, ਮੈਂ ਹਾਂ, ਮੇਰਾ ਛੋਟਾ ਬ੍ਰਦਰ, ਇੱਕ ਮੇਰਾ ਬੜਾ ਬ੍ਰਦਰ ਆ। ਸਾਰੇ ਇੱਥੇ ਰਹਿੰਦੇ ਨੇ? ਹਾਂਜੀ, ਸਾਰੇ ਇੱਥੇ ਰਹਿੰਦੇ ਨੇ। ਤੇ ਸਾਰੇ ਬਾਕੀ ਬ੍ਰਦਰ ਕੀ ਕਰਦੇ? ਇੱਕ ਮੇਰਾ ਛੋਟਾ ਭਾਈ ਹੈ, ਪੜ੍ਹਦਾ, ਬੜਾ ਭਾਈ ਕੋਈ ਕੰਮ ਨਹੀਂ ਕਰਦਾ। ਅੱਛਾ, ਛੋਟਾ ਭਾਈ ਕਿਹੜੀ ਕਲਾਸ 'ਚ ਪੜ੍ਹਦਾ? ਛੋਟਾ ਭਾਈ ਦੂਸਰੀ ਕਲਾਸ 'ਚ ਪੜ੍ਹਦਾ। ਅੱਛਾ, ਤੇ ਤੁਸੀਂ ਪੜ੍ਹਦੇ ਹੋ 10ਵੀਂ ਕਲਾਸ ਦੇ? ਹਾਂਜੀ, ਮੈਂ 10ਵੀਂ ਕਲਾਸ 'ਚ ਪੜ੍ਹਦੀ। ਤੇ ਫਿਰ ਸਟੱਡੀ ਦੇ ਖਰਚੇ ਪੂਰੇ ਹੋ ਜਾਂਦੇ ਆਪਣੇ? ਹਾਂਜੀ, ਮਤਲਬ ਹੋ ਜਾਂਦਾ, ਕੋਈ ਕੋਈ ਹੈਲਪ ਕਰ ਦਿੰਦਾ ਹੈ। ਜੇ ਨਹੀਂ ਹੁੰਦੇ ਤਾਂ ਕੋਈ ਹੈਲਪ ਵੀ ਕਰ ਦਿੰਦਾ, ਹੈ ਨਾ? ਕਾਫੀ ਹੈਲਪ ਕਰ ਦਿੰਦੇ ਉਦਾਂ ਤਾਂ।
ਤੇ ਸਟੱਡੀ ਦੇ ਵਿੱਚ ਕਿੰਦਾ ਤੁਸੀਂ ਪੜਨ ਚ ਹੁਸ਼ਿਆਰ ਹੋ ਜਾਂ ਫਿਰ ਹਾਂਜੀ ਉਹਦਾ ਤਾਂ ਹਸ਼ਾ ਮੈਂ ਚੌਥੀ ਜਾਂ ਫਸਟ ਪੋਜੀਸ਼ਨ ਆਈ ਹੈ ਉਹਦਾ ਤਾਂ 8th ਤੱਕ ਤਾਂ ਫਸਟ ਪੋਜੀਸ਼ਨ ਹੀ ਆਈ ਆ 9th ਜਾ ਕੇ ਸੈਕਿੰਡ ਪੋਜੀਸ਼ਨ ਆਈ ਸੀ ਤੇ ਹੁਣ 10th ਜਾ ਐਡਮਿਸ਼ਨ ਹੋਇਆ ਹੁਣ 10th ਦੇ ਵਿੱਚ ਤੁਸੀਂ ਠੀਕ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਉਹ ਗੁੜੀਆ ਜਿਹਨੂੰ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਇੱਧਰ ਦਿਖਾਓ ਸਾਰਾ ਨਾਲ ਨਾਲ ਕੀ ਮਾਹੌਲ ਬਣਿਆ ਹੈ ਅਤੇ ਇਹ ਜਿਹੜਾ ਸਿਸਟਮ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਨਾਲ ਨਾਲ ਫਰੂਟਸ ਜਿਹੜੇ ਵੇਚ ਰਹੀ ਆ ਗੁੜੀਆ ਸਬਜ਼ੀਆਂ ਵੇਚ ਰਹੀ ਆ ਅਤੇ ਨਾਲ ਦੀ ਨਾਲ ਜਿਹੜੀ ਆ ਇੱਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਵੀ ਸਟੱਡੀ ਵੀ ਨਾਲ ਨਾਲ ਚੱਲ ਰਹੀ ਆ ਇਹ ਇੱਕ ਕ੍ਰੇਟ ਆ ਕ੍ਰੇਟ ਦੇ ਉੱਪਰ ਜਿਹੜਾ ਆ ਸਬਜ਼ੀਆਂ ਰੱਖਣ ਵਾਲਾ ਕ੍ਰੇਟ ਆ ਉਹਦੇ ਉੱਪਰ ਜਿਹੜੀਆਂ ਇਹਨੇ ਆਪਣੀਆਂ ਕਿਤਾਬਾਂ ਰੱਖੀਆਂ ਹੈਗੀਆਂ ਅਤੇ ਨਾਲ ਜਿਹੜੀ ਔਨਲਾਈਨ ਪੜ੍ਹਾਈ ਜਿਹੜੀ ਸਕੂਲੋਂ ਕੰਮ ਆਉਂਦਾ ਜਿਹੜਾ ਔਨਲਾਈਨ ਉਹ ਮੋਬਾਈਲ 'ਤੇ ਸਾਰਾ ਕੰਮ ਆਉਂਦਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਕਿ ਬੜੀ ਮਿਹਨਤ ਦੇ ਨਾਲ ਜਿਹੜਾ ਇਹ ਜਜ਼ਬਾ ਅੰਦਰ ਕਾਇਮ ਹੈ ਅਤੇ ਗੁੜੀਆ ਕਿਹੜੀ ਕਲਾਸ ਤੱਕ ਪੜ੍ਹਨਾ ਹੈਗਾ ਤੁਸੀਂ ਮੈਂ ਅੱਗੇ ਵੀ ਪੜ੍ਹਨਾ ਚਾਹੁੰਦੀ ਹਾਂ ਉੱਦਾਂ ਮੈਂ 12th ਕਰਕੇ ਮੈਂ ਸੋਚਿਆ ਵੀ ਮੈਂ ਕੋਈ ਕੋਰਸ ਵਗੈਰਾ ਕਰੂੰਗੀ ਟੀਚਰ ਵਗੈਰਾ ਕੀ ਬਣਨਾ ਚਾਹੁੰਦੇ ਹੋ ਟੀਚਰ ਬਣਨਾ ਚਾਹੁੰਦੇ ਹੋ ਡਾਕਟਰ ਕੀ ਬਣਨਾ ਚਾਹੁੰਦੇ ਉੱਦਾਂ ਤਾਂ ਮੈਂ ਸੋਚਿਆ ਵੀ ਮੈਂ ਬੈਂਕਿੰਗ ਜੋਬ ਕਰੂੰਗੀ ਅਕਾਊਂਟ ਦਾ ਸੋ ਦੋਸਤੋ ਜਜ਼ਬੇ ਬੜੇ ਪੁਖਤਾ ਨੇ ਜਜ਼ਬੇ ਬੜੇ ਮਜ਼ਬੂਤ ਨੇ ਜਜ਼ਬਾਤ ਬਹੁਤ ਜ਼ਿਆਦਾ ਜ਼ਬਰਦਸਤ ਹੈ ਇਸ ਕੁੜੀ ਦੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਜਗ੍ਹਾ 'ਤੇ ਖੜ੍ਹੀ ਆ ਅਤੇ ਜਿਹੜੀ ਮਿਹਨਤ ਆ ਉਹ ਲਗਾਤਾਰ ਚੱਲ ਰਹੀ ਆ ਉਹ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਮੰਮੀ ਨਾਲ ਖੜ੍ਹੇ ਨੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 20 ਸਾਲ ਹੋਇਆ ਅੱਛਾ 20 ਸਾਲ ਤੁਹਾਨੂੰ ਹੋ ਗਿਆ ਇਹਨੂੰ ਹੈ ਨਾ ਅਤੇ ਜਿਹੜੇ ਤੁਹਾਡੇ ਬਾਕੀ ਬੱਚੇ ਆ ਦੋ ਬੇਟੇ ਆ ਉਹ ਕੀ ਕਰ ਇੱਕ ਬੇਟਾ ਯੂਪੀ ਮੈਂ ਫਸ ਗਿਆ ਜੀ ਇੱਕ ਛੋਟਾ ਸਾਡਾ ਘਰ ਮੈਂ ਪੜ੍ਹ ਰਿਹਾ ਹੈ ਕਿਰਾਏ ਦੇ ਮਕਾਨ ਚ ਰਹਿੰਦੇ ਆ ਅੱਛਾ ਕਿਰਾਏ ਦੇ ਮਕਾਨ 'ਚ ਰਹਿੰਦੇ ਆ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਰਾਏ ਦੇ ਮਕਾਨ 'ਚ ਰਹਿੰਦੇ ਆ ਪਰ ਫਿਰ ਵੀ ਜਿਹੜੇ ਆ ਗੁੜੀਆ ਨਾਲ ਨਾਲ ਪੜ੍ਹਾਈ ਕਰਾ ਰਹੇ ਆ ਔਰ ਗੁੜੀਆ ਖੁਦ ਜਿਹੜੀ ਆ ਇੱਥੇ ਇਸ ਰੇਹੜੀ 'ਤੇ ਖੜ੍ਹ ਕੇ ਜਿਹੜੀ ਆਪਣੀ ਮਿਹਨਤ ਕਰਦੀ ਆ ਸਕੂਲ ਦੀਆਂ ਫੀਸਾਂ ਕੱਢਦੀ ਆ ਅਤੇ ਉਹਦੀ ਸਟੱਡੀ ਲਈ ਫਿਰ ਹੈਲਪ ਵਗੈਰਾ ਵੀ ਕਰਦਾ ਨਹੀਂ ਜੀ ਹਮ ਹੀ ਲੋਕ ਕਰਦੇ ਹਾਂ ਘਰੋਂ ਮੈਂ ਕੰਮ ਕਰਤੀ ਹੂੰ ਨਾ 3,000-4,000 ਉੱਧਰ ਵੀ ਮਿਲ ਜਾਤਾ ਹੈ ਹਾਂ ਬੜੇ ਬੜੇ ਕੋਠੀ ਮੇਂ ਮਕਾਨ ਇਸ ਟਾਈਮ ਲਾਕਡਾਊਨ ਸੇ ਕੋਈ ਆਪਣੇ ਘਰ ਨਹੀਂ ਬੁਲਾਤਾ ਹੈ ਔਰ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਜਜ਼ਬੇ ਇਹ ਜਜ਼ਬਾਤ ਜਿਹੜੇ ਆ ਸਦਾ ਕਾਇਮ ਰਹਿਣੇ ਚਾਹੀਦੇ ਆ ਕਿਉਂਕਿ ਪੰਜਾਬ ਲਾਈਵ ਟੀ ਵੀ ਦਾ ਹਮੇਸ਼ਾ ਜ਼ਰੀਆ ਰਿਹਾ ਹੈ ਕਿ ਜਦੋਂ ਕੋਈ ਕੋਈ ਖਾਸ ਜਿਹੜੀ ਮਿਹਨਤ ਕਰਦਾ ਅਤੇ ਉਸ ਮਿਹਨਤ ਦਾ ਜਿਹੜਾ ਆ ਰੰਗ ਆ ਉਹ ਜ਼ਰੂਰ ਦਿਖਣਾ ਚਾਹੀਦਾ ਅਤੇ ਆਓ ਹੁਣ ਇਹਨਾਂ ਦੇ ਫਾਦਰ ਸਾਹਿਬ ਵੀ ਇੱਥੇ ਉਹਨਾਂ ਦੀ ਵੀ ਇੱਕ ਛੋਟੀ ਜਿਹੀ ਰੇਹੜੀ ਲੱਗੀ ਆ ਉਹਦੇ ਨਾਲ ਕਰਦੇ ਹਾਂ ਗੱਲਬਾਤ ਜਿੱਥੇ ਪੂਜਾ ਦੇ ਮੰਮੀ ਦੇ ਨਾਲ ਗੱਲ ਹੋਈ ਆ ਪੂਜਾ ਦੇ ਨਾਲ ਅਸੀਂ ਪ੍ਰੋਪਰ ਤੌਰ 'ਤੇ ਪੂਜਾ ਅਗਰਵਾਲ ਨਾਲ ਗੱਲ ਕੀਤੀ ਆ ਉਹਦੀ ਸਟੱਡੀ ਬਾਰੇ ਪੁੱਛਿਆ ਅਤੇ ਉੱਥੇ ਗੱਲ ਸੀ ਕਿ ਕਦੋਂ ਪੰਜਾਬ ਦੇ ਵਿੱਚ ਆਏ ਹੈ ਨਾ ਇਹ ਗੱਲ ਕਰਦੇ ਹਾਂ ਪੂਜਾ ਦੇ ਫਾਦਰ ਸਾਹਿਬ ਨਾਲ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਮਿਹਨਤਾਂ ਜਿਹੜੀਆਂ ਕਿੱਦਾਂ ਰੰਗ ਲੈ ਕੇ ਆਉਂਦੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੂਜਾ ਕੋਲ ਸਰ ਇਹ ਤੁਸੀਂ ਕਦੋਂ ਕੁ ਇੱਥੇ ਜਿਹੜਾ ਪੰਜਾਬ ਦੇ ਵਿੱਚ ਆਏ ਹੋ ਪੰਜਾਬ ਮੈਂ ਆਇਆ ਸਰ ਮੇਰੇ ਹੋ ਗਏ 32 ਸਾਲ 25 ਸਾਲ ਹੋ ਗਏ 25 ਸਾਲ ਔਰ ਜਦੋਂ ਤੁਸੀਂ ਪੰਜਾਬ ਦੇ ਵਿੱਚ ਆਏ ਤਾਂ ਉਦੋਂ ਤੁਸੀਂ ਸਭ ਤੋਂ ਪਹਿਲਾਂ ਆ ਕੇ ਕਿਹੜਾ ਕੰਮ ਕੀਤਾ ਜੀ ਪਹਿਲਾਂ ਨੌਕਰੀ ਕਰਦੇ ਤੇ ਸਰ ਬਿੱਲੂ ਕੋ ਸਰ ਨੌਕਰੀ ਕਰਦੇ ਤੇ ਬਿੱਲੂ ਕੋ ਬਾਅਦ ਦੁਕਾਨ ਤੇ ਅੱਛਾ ਕਿਸੇ ਦੀ ਦੁਕਾਨ ਪੇ ਨੌਕਰੀ ਕੀ ਹੈ ਠੀਕ ਹੈ ਸਰ ਆਪਣਾ ਨਾਮ ਕਿਆ ਹੈ ਰਮਾਕਾਂਤ ਆਪਣਾ ਨਾਮ ਹੈ ਔਰ 25 ਸਾਲ ਆਪਕੋ ਯਹਾਂ ਪੇ ਆਏ ਹੋਏ ਹੋ ਗਏ ਤੇ ਉਸਕੇ ਬਾਅਦ ਆਪਕੇ ਬੱਚੇ ਵੀ ਹੋਏ ਹਾਂਜੀ ਸਭ ਬੱਚੇ ਵੀ ਉੱਪਰ ਹੋਇਆ ਸਭ ਬੱਚੇ ਵੀ ਹੋਏ ਨਾ 3 ਬੱਚੇ ਹੈ ਆਪਕੇ 2 ਬੇਟੇ ਇੱਕ ਬੇਟੀ ਹੈ ਇਹੀ ਬਤਲਾਇਆ ਨਾ ਉਹਨਾਂ ਨੇ ਔਰ ਉਸਕੇ ਬਾਅਦ ਸਰ ਇੱਕ ਬਾਤ ਪੁੱਛੂੰਗਾ ਅਭੀ ਆਪਕੀ ਬੇਟੀ 10ਵੀਂ ਕਕਸ਼ਾ ਮੈਂ ਪੜ੍ਹ ਰਹੀ ਹੈ ਠੀਕ ਹੈ 10ਵੀਂ ਮੈਂ ਪੜ੍ਹ ਰਹੀ ਹੈ ਉਹ ਦੁਆਬਾਰੀ ਸਕੂਲ ਮੈਂ ਪੜ੍ਹਦੀ ਹੈ ਨਾ ਤੋ ਉਸਕੀ ਜੋ ਸਟੱਡੀ ਹੈ ਉਸਕਾ ਜੋ ਖਰਚਾ ਹੋਤਾ ਜੋ ਖੁਦ ਯਹਾਂ ਪੇ ਆ ਕੇ ਕਮਾਤੀ ਹਾਂਜੀ ਤੋ ਆਪਕੋ ਕਭੀ ਐਸਾ ਨਹੀਂ ਲਗਾ ਕਿ ਯਾਰ ਬੱਚੇ ਕੋ ਘਰ ਮੇਂ ਪੜ੍ਹਾਈ ਕਰਨੇ ਕੇ ਲੀਏ ਛੋੜ ਦੋ ਹਮ ਕਮਾ ਲੇਂਗੇ ਕਹਤੇ ਤਾਂ ਹੈਗਾ ਸਰ ਮੈਂ ਮਜਬੂਰੀ ਮੇਂ ਕਾਮ ਕਰਦੇ ਹੈ ਸਰ ਜੀ ਤੋ ਆਪਕੀ ਯਹਾਂ ਪੇ ਕਿਤਨੀ ਰੇੜੀ ਲਗੀ ਹੋਈ ਹੈ ਦੋ ਰੇੜੀ ਲਗੀ ਇੱਕ ਬੇਟੀ ਚਲਾਤੀ ਹੈ ਇੱਕ ਆਪ ਚਲਾਤੀ ਹਾਂਜੀ ਔਰ ਸਰ ਜੋ ਆਪਕੀ ਬੇਟੀ ਹੈ ਉਸਕੋ ਪੜ੍ਹਾ ਕੇ ਆਪ ਕਿਆ ਕਰਨਾ ਚਾਹਤੇ ਹੋ ਹਾਂ ਉਸਕੋ ਬੈਂਕ ਮੇਂ ਕੋਈ ਨੌਕਰੀ ਪੜ੍ਹਾਨੇ ਕੇ ਲੀਏ ਕਹਲਾਵਾ ਹੋ ਰਹਾ ਸੋਚਾ ਜੀ ਹੈ ਕਿ ਉਸਕੋ ਬੈਂਕ ਮੇਂ ਨੌਕਰੀ ਦੇਣੇ ਉਸਕਾ ਖੁਦ ਕਾ ਮਨ ਹੈ ਯਾ ਆਪ ਸੋਚਦੇ ਹੋ ਹਾਂ ਮੈਂ ਸੋਚਦੇ ਹਾਂ ਆਪ ਸੋਚਦੇ ਹੋ ਕਿ ਉਸਕੋ ਬੈਂਕ ਮੇਂ ਨੌਕਰੀ ਦੇ ਲਗਾ ਦੇਓ ਕੋਈ ਤੋ ਸਰ ਆਪ ਯਹਾਂ ਪੇ ਜੋ ਕਾਮ ਕਰਤੇ ਹੋ ਕਿਤਨੇ ਵਜੇ ਉੱਠਤੇ ਹੋ ਕੈਸੇ ਜੇ ਆਪ ਸਬਜ਼ੀ ਸਾਰੀ ਅਰੇਂਜ ਕਰਤੇ 3 ਵਜੇ ਉੱਠਦੇ ਹਾਂ ਸਰ ਮੰਡੀ ਜਾਤੇ ਹੈ ਸਬਜ਼ੀ ਲੈ ਆਤੇ ਹੈ ਵੇਚਤੇ ਹੈ ਮੰਡੀ ਯਹਾਂ ਸੇ ਲੇਤੇ ਨੂਰ ਮਹਿਲ ਸੇ ਨੂਰ ਮਹਿਲ ਲੁਧਿਆਣਾ ਵੀ ਜਾਤੇ ਹੈ ਫਵਾਰਾ ਵੀ ਚਲ ਗਏ ਤਾਂ ਮਿਲ ਗਏ ਤਾਂ ਲੈ ਲੇਗੇ ਸਬਜ਼ੀਆਂ ਨਹੀਂ ਮਿਲਾ ਤਾਂ ਛੁੱਟੀ ਕਰ ਲੇਤੇ ਹੈ
अच्छा नहीं मिलता तो छुट्टी भी कर लेते हो, और जो माहौल है उसके अकॉर्डिंग आप सब्जी यहाँ पे बेच रहे हो, आपको यहाँ पे कितने के कस्टमर आते हैं रोज, जैसे लॉकडाउन लगा हुआ है तो कर्फ्यू लगा हुआ है, उसके अकॉर्डिंग कितने के कस्टमर आ जाते हैं? मेरा कंज्यूमर बहुत कम है, मेरा 1.5 हज़ार का भी, 2 हज़ार का भी, 1.5 हज़ार 2 हज़ार का धंधा चल रही है, बस बिक्री है मेरा है नहीं, बहुत मार्जिन में चल रहा है। मार्जिन ये बता रहे हैं कि इनका जो धंधा है वो बहुत मतलब धीरे चल रहा है, क्योंकि लॉस हो रहा है, ये इनके कहने के मुताबिक इनको लॉस हो रहा है। पुलिस आगे खेद दिया तो मैं बाहर भी जाना, घर भेज दिया तो घर चल जाते हैं, बंद हो जाने रही है। और अपनी गुड़िया के बारे में आप क्या कहना चाहते हो? गुड़िया कहता है तो इसी देखो आगे को बनाना, नौकरी कोई चाहते हैं मिल जाएगा सारा रहोगा उसको। तो दोस्तों तुहानू दस दिए कि उस बच्ची नू लैके जिहड़े आ बहुत बड़े बड़े जिहड़े सुपने आ दिल दे विच उह सजा रखे ने इस परिवार ने, और पंजाब लाइव टीवी का एक इको एक मकसद आ कि उस बच्ची की जिहड़ी पढ़ाई आ स्टडी आ पूरी होनी चाहिए आ। कोशिश आ कि तुहाडियां दुआवां तुहाडा आशीर्वाद इस बच्ची दे नाल होएगा। मैं सुखा बश ब्यूरो चीफ नरेंद्र पंडाल दे नाल नूर महल सिटी तों।